ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਓਲਟਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਜੀ ਇੰਡੀਅਨ ਸਟੂਡੈਂਟਸ ਇਨ ਕੈਨੇਡਾ ਕੈਨੇਡਾ ਚੋਂ ਭਾਰਤੀ ਵਿਦਿਆਰਥੀਆਂ ਨਾਲ ਧੋਖਾਧੜੀ ਭਾਰਤ ਸਰਕਾਰ ਨੇ ਦਿੱਤੀ ਚੇਤਾਵਨੀ ਭਾਰਤ ਨੇ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੇ ਧੋਖਾਧੜੀ ਦਾ ਸ਼ਿਕਾਰ ਹੋਣ ਬਾਰੇ ਚਿੰਤਾ ਪ੍ਰਗਟਾਈਆ ਕੈਨੇਡਾ ਚੂ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਇਹ ਇੱਕ ਵੱਡਾ ਮੁੱਦਾ ਹੈ ਜਿਸ ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਉਟਾਵਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਏ ਸਨ ਭਾਰਤੀ ਪੱਖ ਤੋਂ ਕਿਹਾ ਗਿਆ ਹੈ ਕਿ ਰਿਕਰੂਟਮੈਂਟ ਏਜੰਟ ਕੈਨੇਡਾ ਵਿੱਚ ਸ਼ੱਕੀ ਟ੍ਰੇਰ ਰਿਕਾਰਡ ਵਾਲੀਆਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਦੁਖਵਾਉਣ ਦੇ ਨਾਂ ਤੇ ਭਾਰਤੀ ਵਿਦਿਆਰਥੀਆਂ ਨਾਲ ਧੋਖਾਧੜੀ ਕਰ ਰਹੇ ਹਨ ਧੋਖਾਧੜੀ ਕਰਨ ਵਾਲੇ ਏਜੰਟਾਂ ਦੀ ਪਛਾਣ ਕੀਤੀ ਜਾ ਰਹੀ ਹੈ ਚੰਨੀ ਦੇ ਪ੍ਰਾਂਠੇ ਤੇ ਲਾਜੀਜ ਖਾਣੇ ਲਈ ਖਰਚਾ ਕਰਦੀ ਸੀ ਸਰਕਾਰ ਤਿੰਨ ਮਹੀਨਿਆਂ ਚੋਂ 60 ਲੱਖ ਦਾ ਖਰਚਾ ਪੰਜਾਬ ਦੀ ਸੱਤਾ ਵਿੱਚ ਸਿਰਫ ਤਿੰਨ ਮਹੀਨੇ ਲਈ ਕਾਂਗਰਸ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਪੰਜਾਬ ਸਰਕਾਰ ਦੇ ਕਿਚਨ ਲਈ ਹੀ ਭਾਰੀ ਪੈ ਗਏ ਸਾਬਕਾ ਮੁੱਖ ਮੰਤਰੀ ਚੰਨੀ ਦੇ ਨਾਸ਼ਤੇ ਚ ਪਰੌਂਠੇ ਤੋਂ ਲੈ ਕੇ ਰਾਤ ਦੇ ਲਾਜੀਜ ਖਾਣੇ ਤੱਕ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਵਿੱਚੋਂ ਭੁਗਤਾਨ ਕਰਨਾ ਪਿਆ ਉਹ ਆਪਣੇ ਮੁੱਖ ਮੰਤਰੀ ਵੱਲੋਂ ਕਾਰਜਕਾਲ ਦੇ ਤਿੰਨ ਮਹੀਨੇ ਦਰਮਿਆਨ ਲਗਭਗ 60 ਲੱਖ ਰੁਪਏ ਦਾ ਰੋਟੀ ਪਾਣੀ ਹਿਸਾਬ ਗਿਆ ਜਿਸ ਦੇ ਵਿੱਚ ਸਵੇਰ ਦੇ ਨਾਸਤੇ ਤੋਂ ਲੈ ਕੇ ਦੁਪਹਿਰ ਅਤੇ ਰਾਤ ਦਾ ਖਾਣਾ ਸੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੰਨੀ ਦੇ ਖਾਣੇ ਦੀ ਥਾਲ ਪੰਜਾਬ ਸਰਕਾਰ 300 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਪਈਆ ਤੇ ਚੰਨੀ ਦੇ ਘਰ ਕਦੇ 300 ਰੁਪਏ ਤੇ ਕਦੇ 500 ਰੁਪਏ ਖਾਣੇ ਦੀ ਥਾਲ ਆਉਂਦੀ ਰਹੀ ਤੇ ਕਦੇ ਸੇਵਾ ਦਾ ਮੌਕਾ ਤਾਜ ਹੋਟਲ ਨੂੰ ਦਿੰਦੇ ਹੋਏ 4000 ਰੁਪਏ ਵਾਲੀ ਥਾਲੀ ਤੱਕ ਦਾ ਖਰਚਾ ਕੀਤਾ ਗਿਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਆਮ ਲੋਕਾਂ ਨੂੰ ਮਿਲਣਗੇ ਸਸਤੇ ਪਲਾਂਟ ਤੇ ਫਲੈਟ ਕਿਸੇ ਨੂੰ ਵੀ ਕਿਸੇ ਵੀ ਸਮੇਂ ਕੈਬਨਟ ਦੇ ਵਿੱਚੋਂ ਲਿਆਂਦੀ ਜਾ ਸਕਦੀ ਆ ਹਾਊਸਿੰਗ ਨੀਤੀ ਮੰਤਰੀ ਨੇ ਕੀਤਾ ਖੁਲਾਸਾ ਵੱਡੀ ਖਬਰ ਆ ਪਰ ਉਸ ਤੋਂ ਪਹਿਲਾਂ ਨੇਕੀ ਜੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ 14000 ਨਜਾਇਜ਼ ਕਲੌਨੀਆਂ 'ਚ ਰਜਿਸਟਰੀਆਂ ਰੋਕਣ ਦੇ ਵਿਵਾਦ ਨੂੰ ਲੈ ਕੇ ਵਿਰੋਧ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਛੋਟੇ ਅਤੇ ਵੱਡੇ ਸ਼ਹਿਰਾਂ 'ਚੋਂ ਯੋਜਨਾਬੱਧ ਕਲੌਨੀਆਂ 'ਚ ਸਸਤੇ ਪਲਾਂਟ ਅਤੇ ਫਲੈਟ ਦਿਵਾਉਣ ਲਈ ਛੇਤੀ ਹਾਊਸਿੰਗ ਨੀਤੀ ਲਿਆ ਰਹੀ ਹੈ। ਪਿਛਲੇ 2 ਦਹਾਕਿਆਂ ਤੋਂ ਸਰਕਾਰੀ ਡਿਵੈਲਪਮੈਂਟ ਅਥਾਰਟੀ ਨੂੰ ਵੀ ਛੋਟੇ ਤੇ ਦਰਮਿਆਨੇ ਵੱਡੇ ਸ਼ਹਿਰਾਂ 'ਚੋਂ ਕਲੌਨੀਆਂ ਕੱਟਣ ਲਈ ਕਿਹਾ ਗਿਆ ਹੈ। ਸ਼ਹਿਰੀ ਵਿਕਾਸ ਅਤੇ ਰਹਿਸ਼ ਮੰਤਰੀ ਅਮਨ ਅਰੋੜਾ ਨੇ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਵੀ ਸਮੇਂ ਇਹ ਨੀਤੀ ਕੈਬਨਿਟ ਦੇ ਵਿੱਚ ਲਿਆਂਦੀ ਜਾ ਸਕਦੀ ਉਹਨਾਂ ਮੰਨਿਆ ਹੈ ਕਿ ਪੁੱਡਾ ਸਮੇਤ ਤਮਾਮ ਕੰਪਨੀਆਂ ਆਥਾਰਟੀਆਂ ਗਮਾਡਾ ਗਲਾਡਾ ਪੀਡੀਏ ਜੀਡੀਏ ਏਡੀਏ ਬੀਡੀਏ ਆਦ ਦਾ ਮੁੱਖ ਕੰਮ ਸਸਤੀਆਂ ਦਰਾਂ ਤੇ ਮਕਾਨ ਦੇਣ ਦੀ ਯੋਜਨਾਬੱਧ ਕਲੋਨੀਆਂ ਬਣਾਉਣਾ ਸੀ ਪਰ ਇਹ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਿੱਚ ਫੇਲ ਸਾਬਤ ਹੋਈਆਂ ਨੇ ਜਾਂ ਫਿਰ ਇਹ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਇਸ ਕਾਰਨ ਵੱਡੇ ਸ਼ਹਿਰਾਂ ਚ ਰਹਿਣ ਦੀ ਇੱਛਾ ਰੱਖਣ ਵਾਲੇ ਉਸ ਵੱਡੇ ਸ਼ਹਿਰ ਦੇ ਸੈਟੇਲਾਈਟ ਸ਼ਹਿਰਾਂ ਦੇ ਗੈਰ ਯੋਜਨਾਬੱਧ ਢੰਗ ਨਾਲ ਬਣਾਈਆਂ ਗਈਆਂ ਨਾਜਾਇਜ਼ ਕਲੋਨੀਆਂ ਚ ਮਕਾਨ ਲੈਣ ਲਈ ਮਜਬੂਰ ਹੋ ਗਏ ਪੰਜਾਬ న్యూਸ ਹੈ ਜੀ ਪੰਜਾਬ ਸਰਕਾਰ ਸੁਪਾਰੀ ਹੈ ਕਰੋਨਾ ਕੇਸ 26 ਦਸੰਬਰ ਤੱਕ ਜਾਰੀ ਨਹੀਂ ਹੋਇਆ ਬੁਲੇਟਿਨ ਐਕਟਿਵ ਮਾਮਲਿਆਂ ਦੀ ਗਿਣਤੀ ਪਹੁੰਚੀ 40 ਤੱਕ ਸੋ ਪੰਜਾਬ ਦੇ ਵਿੱਚ ਸਰਹੱਦੀ ਸੁਰੱਖਿਆ ਬਲ ਦੀਆਂ ਪ੍ਰਾਪਤੀਆਂ ਦੀ ਗੱਲ ਹੋਵੇ ਚਾਹੇ ਪੁਰਾਣੇ ਸਮੇਂ ਤੋਂ ਅਦਾਲਤਾਂ ਵਿੱਚ ਲਟਕਦੇ ਮਾਮਲਿਆਂ ਦੇ ਫੈਸਲੇ ਹੋਣ ਜਾਂ ਕੰਪਨੀ ਨਾਲ ਪੁਰਾਣੇ ਸਮਝੌਤੇ ਖਤਮ ਹੋਣ ਦੀ ਗੱਲ ਹੋਵੇ ਪੰਜਾਬ ਸਰਕਾਰ ਹਰ ਮਾਮਲੇ ਨੂੰ ਗਿਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਦੀ ਪ੍ਰਾਪਤੀ ਇਸ ਦੀ ਇੱਕ ਪ੍ਰਾਪਤੀ ਦੇ ਰੂਪ ਵਿੱਚ ਪਰ ਹੈਰਾਨੀ ਦੀ ਗੱਲ ਹੈ ਕਿ ਸੂਬਾ ਸਰਕਾਰ ਕੋਵਿਡ ਦੀ ਮਹਾਮਾਰੀ ਨੂੰ ਭੁੱਲ ਗਈ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟਿੰਗ ਜ਼ੀਰੋ ਤੇ ਆ ਗਈ ਹੈ ਜਿਦੇ ਅਧਿਅệਤ ਸੂਬਾ ਸਰਕਾਰ ਨੇ ਜਾਣਕਾਰੀ ਛੁਪਾਉਣੀ ਸ਼ੁਰੂ ਕਰ ਦਿੱਤੀ ਹੈ 26 ਨੂੰ ਫਿਰੋਜ਼ਪੁਰ ਕਪੂਰਥਲਾ ਮਲੇਰਕੋਡਲਾ ਮੋਗਾ ਮੁਕਤਸਰ ਅਤੇ ਐਸਬੀਐਸ ਨਗਰ ਦੇ ਵਿੱਚ ਕੋਵਿਡ ਦੇ 5-5 ਟੈਸਟ ਹੀ ਕੀਤੇ ਗਏ ਠੰਡ ਦੇ ਕਹਿਰ ਕਰਕੇ ਛੁੱਟੀਆਂ ਦਾ ਐਲਾਨ 15 ਜਨਵਰੀ ਤੱਕ ਬੰਦ ਰਹਿਣਗੇ ਸਕੂਲ ਹਰਿਆਣਾ ਦੇ ਵਿੱਚ ਡਿੱਗਦੇ ਤਾਪਮਾਨ ਦੇ ਵਿਚਕਾਰ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਜੀ 15 ਜਨਵਰੀ ਤੱਕ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਬੰਦ ਰਹਿਣਗੇ ਸਕੂਲ 16 ਜਨਵਰੀ ਨੂੰ ਸ਼ੈਡਿਊਲ ਮੁਤਾਬਕ ਖੁੱਲਣਗੇ ਸਕੂਲ ਸਿੱਖਿਆ ਵਿਭਾਗ ਨੇ 10ਵੀਂ ਤੇ 12ਵੀਂ ਦੇ ਬੋਰਡ ਦੇ ਵਿਦਿਆਰਥੀਆਂ ਨੂੰ ਸਰਦੀ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਉਹਨਾਂ ਨੂੰ ਵਾਧੂ ਕਲਾਸਾਂ ਲਵਾਉਣ ਲਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਕੂਲ ਆਉਣਾ ਪਵੇਗਾ ਉਧਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਪੰਜਾਬ ਨੂੰ ਪਾਕਿਸਤਾਨ ਬਣਾ ਰਿਹਾ ਭਗਵੰਤ ਮਾਨ ਆਪ ਸਰਕਾਰ ਤੇ ਬਰੇ ਸਾਬਕਾ ਮੁੱਖ ਮੰਤਰੀ ਚੰਨੀ ਬੋਲੇ ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦਾ ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਸੂਬੇ ਦੀ ਮੌਜੂਦਾ ਸਰਕਾਰ ਤੇ ਤੀਕਾ ਆਮਲਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲੈਂਦਿਆਂ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਨੂੰ ਪਾਕਿਸਤਾਨ ਬਣਾ ਰਿਹਾ ਚੰਨੀ ਨੇ ਕਿਹਾ ਜੀ ਆਪ ਸਰਕਾਰ ਪੰਜਾਬ ਦੇ ਸ਼ਹਿਰੀ Hindu ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਨਤਕ ਮੰਚਾਂ ਤੋਂ ਦੂਰ ਰਹਿਣ ਵਾਲੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕੀਤੇ ਨੇ ਚੰਨੀ ਨੇ ਆਪਣੇ ਤੇ ਲੱਗੇ ਭ੍ਰਸ਼ਟਾਚਾਰ ਦੇ ਦੋਸ਼ਾਂ ਦਾ ਜਵਾਬ ਦਿੱਤਾ ਚੰਨੀ ਨੇ ਕਿ ਅੱਜ ਸਾਡੇ ਤੇ ਲਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ ਚਰਨਜੀਤ ਚੰਨੀ ਦੇ ਨਿਸ਼ਾਨੇ ਤੇ ਪੰਜਾਬ ਸਰਕਾਰ ਹੈ ਜੀ ਜੇ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਆ ਤਾਂ ਤੁਸੀਂ ਕਰ ਸਕਦੇ ਹੋ ਮੈਂ ਇੱਥੇ ਵਾਪਸ ਆਉਣ ਦਾ ਬਣਾ ਲਿਆ ਹੈ ਮਨ ਪੀਐਮ ਮੋਦੀ ਦੇ ਭਰਾ ਦੀ ਕਾਰ ਹਾਦਸੇਜੂ ਡਰਾਈਵਰ ਖਿਲਾਫ ਮਾਮਲਾ ਦਰਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਾ ਆਪਣੇ ਪਰਿਵਾਰ ਦੇ ਸਮੇਤ ਸੜਕ ਹਾਦਸੇ ਦੇ ਮਾਮਲੇਜੂ ਪੁਲਿਸ ਨੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਕਰਨਾਟਕ ਪੁਲਿਸ ਨੇ ਕਾਰ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਪ੍ਰਹਲਾਦ ਮੋਦੀ ਦੇ ਕਾਫਲੇ ਦੇ ਮੁਲਾਜ਼ਮ ਐਸ ਮਹਾਦੇਵ ਨੇ ਐਨ ਸਤਿਆਨਾਰਾਇਣ ਦੇ ਖਿਲਾਫ ਮੈਸੂਰ ਗ੍ਰਾਮੀਣ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕੀਤੀ ਸੀ। ਆਪਣੀ ਸ਼ਿਕਾਇਤ ਚੁੱਕੇ ਹਾਇ ਕਿ ਇਹ ਹਾਦਸਾ ਮੁਲਜ਼ਮ ਡਰਾਈਵਰ ਵੱਲੋਂ ਤੇਜ਼ ਰਫ਼ਤਾਰ ਲਾਹ ਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਨਾਲ ਵਾਪਰਿਆ ਹੈ। ਪੰਜਾਬ ਦੇ ਵਿੱਚ ਸੰਘਣੀ ਧੁੰਦ ਅਤੇ ਠੰਡ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ orange alert ਜਾਰੀ ਚੰਡੀਗੜ੍ਹ। ਮੌਸਮ ਵਿਗਿਆਨ ਕੇਂਦਰ ਨੇ 24 ਘੰਟਿਆਂ ਦੌਰਾਨ ਸੰਘਣੀ ਧੁੰਦ ਦੀ ਸਥਿਤੀ ਦੇਖੀ ਹੈ ਸੋ ਪੰਜਾਬ ਚੰਡੀਗੜ੍ਹ ਦੇ ਸਮੇਤ ਕੁਝ ਇਲਾਕਿਆਂ 'ਚ 200 ਮੀਟਰ ਤੋਂ ਵੀ ਘੱਟ ਵਿਜ਼ਿਬਿਲਟੀ ਦੇਖਣ ਨੂੰ ਮਿਲੀ ਅਜਿਹੇ 'ਚ ਮੌਸਮ ਵਿਗਿਆਨ ਕੇਂਦਰ ਨੇ ਸ਼ੀਤ ਲਹਿਰ ਅਤੇ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ ਤੇ ਕੇਂਦਰ ਵੱਲੋਂ orange alert ਜਾਰੀ ਕਰ ਦਿੱਤਾ ਗਿਆ ਜੇ 4-5 ਦਿਨਾਂ ਦੌਰਾਨ ਪੰਜਾਬ ਹਰਿਆਣਾ ਚੰਡੀਗੜ੍ਹ 'ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ ਅਗਲੇ 3 ਦਿਨਾਂ ਦੌਰਾਨ ਕਟੋਗੜ ਤਾਪਮਨ 3 ਤੋਂ 5 ਡਿਗਰੀ ਸੈਲਸੀਅਸ ਦੀ ਗਰਾਵਟ ਆਵੇਗੀ ਇਸ ਤੋਂ ਬਾਅਦ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਨ 'ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ ਸਿੱਧੂ ਦੀ ਹੋਵੇਗੀ ਰਿਹਾਈ ਪ੍ਰਿੰਕਾ ਗਾਂਧੀ ਦੀ ਚਿੱਠੀ ਦੀ ਸਚਾਈ ਤੇ ਵੜਿੰਗ ਦੀ ਅੜਬਾਈ 2023 ਦੀ ਹਕੀਕਤ ਆਈ ਸਾਹਮਣੇ ਸੋ ਮੀਡੀਆ 'ਚ ਪਿਛਲੇ ਦਿਨੀ ਖਬਰ ਆਈ ਸੀ ਕਿ ਕਾਂਗਰਸੀ ਲੀਡਰ ਨਵਜੋਤ ਸਿੱਧੂ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਸਿੱਧੂ ਦੀ ਰਿਹਾਈ ਨੂੰ ਉਹਨਾਂ ਦੇ ਚੰਗੇ ਆਚਰਨ ਨੂੰ ਦੇਖਦੇ ਹੋਏ ਕੀਤੀ ਜਾ ਸਕਦੀ ਇਸ ਨੂੰ ਲੈ ਕੇ ਸਰ ਪੰਜਾਬ ਦੇ ਰਿਪੋਰਟ ਵੱਲੋਂ ਕੀਤੇ ਸਿੱਧੂ ਦੇ ਸਲਾਹਕਾਰ ਸੁਰਿੰਦਰ ਡੱਲਾ ਦੇ ਨਾਲ ਕੀਤੀ ਗਈ ਹੈ। ਉਹਨਾਂ ਨੇ ਵੀ ਬਾਕੀ ਦੇ ਨਾਲ ਸਿੱਧੂ ਨਾਲ ਜੁੜੇ ਵਿਵਾਦਾਂ ਤੇ ਪੰਜਾਬ ਤੋਂ ਸਿਆਸੀ ਜੀਵਨ ਬਾਰੇ ਖੁੱਲ ਕੇ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਸਰਕਾਰ ਵੱਲੋਂ ਚੰਗੇ ਆਚਰਣ ਕਰਕੇ ਕਾਂਗਰਸ ਕੈਦੀ ਰਿਹਾਈ ਕੀਤੇ ਜਾਣੇ ਨੇ। ਇਹਨਾਂ ਦੇ ਵਿੱਚ ਸਿੱਧੂ ਦਾ ਵੀ ਨਾਂ ਹੈ। ਸੁਰਿੰਦਰ ਡੱਲਾ ਨੇ ਰਿਹਾਈ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਇੱਕ ਉਪਰਾਲਾ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਆਜ਼ਾਦੀ ਦਾ ਮਹਾ ਉਤਸਵ ਤਹਿਤ ਚੰਗੇ ਆਚਰਣ ਵਾਲੇ ਕੈਦੀ ਰਿਹਾ ਕੀਤੇ ਜਾਣਗੇ। ਪੁੱਤ ਦੇ ਕੈਨੇਡਾ ਪੁੱਤ ਤੇ ਹੀ ਮਾਪਿਆਂ ਤੇ ਟੁੱਟਿਆ ਦੁੱਖਾਂ ਦਾ ਪਹਾੜ 2 ਦਿਨ ਪਹਿਲਾਂ ਬਰਪੰਟਨ ਪੁੱਜੇ। ਪਟਿਆਲਾ ਦੇ ਨੌਜਵਾਨ ਨੂੰ ਦਿਲ ਦਾ ਪਿਆ ਦੌਰਾ ਸੋ ਕੈਨੇਡਾ ਗਏ ਪੰਜਾਬੀਆਂ ਲਈ 2022 ਦਾ ਸਾਲ ਅਤਿਅੰਤ ਮਾੜਾ ਰਿਹਾ ਹੈ ਸੋ ਸਾਲ ਦੇ ਅਖੀਰਲੇ ਮਹੀਨੇ ਵਿੱਚ ਬਹੁਤ ਸਾਰੇ ਪੰਜਾਬੀ ਮੁੰਡੇ ਕੁੜੀਆਂ ਦੀ ਮੌਤ ਹੋਊਗੀ ਜਿਸ ਦਾ ਕਿਸੇ ਦਾ ਕਤਲ ਕਰ ਦਿੱਤਾ ਗਿਆ ਕਿਸੇ ਦੀ ਸੜਕ ਹਾਦਸੇ ਚ ਮੌਤ ਹੋ ਗਈ ਤੇ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ ਇਸੇ ਦੌਰਾਨ ਤਾਜ਼ਾ ਖਬਰ ਬ੍ਰੈਪੰਟਨ ਤੋਂ ਸਾਹਮਣੇ ਆਈ ਹੈ ਜਿੱਥੇ 2 ਦਿਨ ਪਹਿਲਾਂ ਸਟੱਡੀ ਵੀਜ਼ੇ ਦੇ ਕੈਨੇਡਾ ਪੁੱਜੇ ਪਟਿਆਲਾ ਦੇ ਹਰੀਸ਼ ਸਿੰਘ ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਹੈ ਫਿਰ ਸੁਰਖੀਆਂ ਦੇ ਵਿੱਚ SYL ਦਾ ਮੁੱਦਾ ਕੇਂਦਰੀ ਮੰਤਰੀ ਨੇ ਬੁਲਾਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸਤਲੁਜ ਯਮਨਾ ਲਿੰਕ ਦਾ ਇੱਕ ਮੁੱਦਾ ਫਿਰ ਇੱਕ ਵਾਰ ਸੁਰਖੀਆਂ 'ਚ ਆ ਗਿਆ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ਿਖਾਵਤ ਨੇ ਇਸ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮੀਟਿੰਗ ਜਨਵਰੀ ਦੇ ਵਿੱਚ ਬੁਲਾਈ ਐ ਸੋ ਇਹ ਮੀਟਿੰਗ 4 ਜਨਵਰੀ ਨੂੰ ਬੁਲਾਈ ਗਈ ਇਸ ਤੋਂ ਪਹਿਲਾਂ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ 15 ਅਕਤੂਬਰ ਨੂੰ ਮੀਟਿੰਗ ਹੋ ਚੁੱਕੀ ਹੈ ਪਰ ਦੋਵੇਂ ਕਿਸੇ ਸਿਟੇ ਤੇ ਨਹੀਂ ਪਹੁੰਚੇ ਹੁਣ ਇਹ ਉਪਰਾਲਾ ਕੇਂਦਰੀ ਮੰਤਰੀ ਵੱਲੋਂ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ 15 ਅਕਤੂਬਰ ਨੂੰ ਹਰਿਆਣਾ ਨਿਵਾਸ ਤੇ ਮੁਲਾਕਾਤ ਹੋਈ ਸੀ ਕਾਂਗਰਸ ਵਰਕਰਾਂ ਨਾਲ ਰਾਜਾ ਵੜਿੰਗ ਨੇ ਕੀਤੀ ਮੀਟਿੰਗ ਭਾਰਤ ਜੁੜੋ ਯਾਤਰਾ ਲਈ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ ਪੰਜਾਬ ਦਾ ਸਰਕਾਰੀ ਸਕੂਲ ਜੋ ਨਿੱਜੀ ਸਕੂਲਾਂ ਨੂੰ maat ਪਾਉਂਦਾ ਐ ਐਨ ਆਰ ਆਈ ਨੇ ਖਰਚੇ ਡੇਢ ਕਰੋੜ ਅਲਿਸ਼ਾਨ ਇਮਾਰਤ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਬੈਠਣ ਲਈ ਬਿਹਤਰੀਨ ਫਰਨੀਚਰ ਹਾਈ ਟੈਕ ਕਲਾਸਰੂਮ ਸਿੱਖਿਆ ਦਾ ਇਚਤਰਕਾਰੀ ਤੇ ਸਜਾਵਟ ਹਰ ਪਾਸੇ ਹਰਿਆਲੀ ਤੇ ਦਿਲ ਟੁੰਬ ਦਾ ਚਾਰਜ ਫੇਰਾ ਸੁਰ ਗੁਰਦਾਸਪੁਰ ਦੇ ਨੇੜ ਪਲੇ ਪਿੰਡ ਨੜਾਂ ਵਾਲੀ ਦਾ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਅੱਜ ਤੋਂ 5 6 ਸਾਲ ਪਹਿਲਾਂ ਬਹੁਤ ਕਸਤਾ ਹਾਲਤ ਸੀ ਇੱਥੋਂ ਤੱਕ ਕਿਸਟਾਫ ਦੇ ਬੈਠਣ ਲਈ ਕਮਰਾਂ ਜਾਂ ਦਫਤਰ ਤੱਕ ਨਹੀਂ ਸੀ ਪਿਛਲੇ ਕੁਝ ਸਾਲਾਂ ਅੰਦਰ ਸਕੂਲ ਦੀ ਨਹਾਰ ਇੰਜ ਬਦਲੀ ਸ਼ਾਇਦ ਕਿਸੇ ਨੇ ਉਮੀਦ ਨਹੀਂ ਕੀਤੀ ਹੋਵੇਗੀ ਨਹਾਰ ਬਦਲੀ ਇੱਥੋਂ ਦੇ ਪੜੇ ਤੇ ਹੁਣ ਆਸਟ੍ਰੇਲੀਆ ਰਹਿੰਦੇ ਡਾਕਟਰ ਕਲਜੀਤ ਸਿੰਘ ਗੋਸਲ ਨੇ ਜਿਹੜੇ ਆਪਣੇ ਸਕੂਲ ਤੇ 1.5 ਕਰੋੜ ਰੁਪਏ ਖਰਚ ਕਰ ਚੁੱਕੇ ਨੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਪੁਲਿਸ ਹੋਟਲਾਂ ਤੇ ਮੈਰਜ ਪੈਲਸਾਂ ਨੇੜੇ ਖੇਤਰ ਨੂੰ ਐਲਾਨੇਗੀ ਆਰਮਰਜ਼ ਫਰੀ ਜ਼ੋਨ ਪੰਜਾਬ ਪੁਲਿਸ ਸੂਬੇ ਚੋ ਅਪਰਾਧਾਂ ਤੇ ਕੰਟਰੋਲ ਕਰਨ ਲਈ ਮੈਰਿਜ ਪੈਲਸਾਂ ਤੇ ਹੋਟਲਾਂ ਦੇ ਨੇੜੇ ਤੇੜੇ ਤੇ ਖੇਤਰ ਨੂੰ ਆਰਮਰਜ਼ ਫਰੀ ਜ਼ੋਨ ਐਲਾਨ ਕਰਵਾਉਣ ਨੂੰ ਲੱਗੀ ਹੈ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਅਧਿਕਾਰੀਆਂ ਵੱਲੋਂ ਸਬੰਧਤ ਮੈਰਿਜ ਪੈਲਸ ਰਿਜ਼ੋਰਟ ਅਤੇ ਹੋਟਲਾਂ ਦੇ ਸੰਚਾਲਕਾਂ ਨਾਲ ਬੈਠਕ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਵਿਆਹ ਤੇ ਹੋਰ ਸਮਾਗਮਾਂ ਦੌਰਾਨ ਸ਼ੱਕੀਆਂ ਦੇ ਤੌਰ ਤੇ ਫਾਇਰਿੰਗ ਕਰਨ ਦੀਆਂ ਘਟਨਾਵਾਂ ਤੇ ਰੋਕ ਲਾਉਣ ਤੋਂ ਬਾਅਦ ਉਕਤ ਕਦਮ اٹھਾਇਆ ਗਿਆ ਤੇ ਸੂਬਾ ਸਰਕਾਰ ਦਾ ਮੰਨਣਾ ਅਜਿਹੇ ਸਮਾਰੋਹ ਚੋਂ ਲੈਸੈਂਸੀ ਹਥਿਆਰ ਰੱਖਣ ਵਾਲੇ ਤਾਰਕਾਂ ਵੱਲੋਂ ਵਿਖਾਵੇ ਲਈ ਫਾਇਰਿੰਗ ਕੀਤੀ ਜਾਂਦੀ ਆ ਤੇ ਇਸ ਨਾਲ ਨੌਜਵਾਨਾਂ ਦੇ ਅੰਦਰ ਹਿੰਸਾ ਦਾ ਰੁਝਾਨ ਪੈਦਾ ਹੁੰਦਾ ਹੈ। ਪੁਰਾਣੀ ਪੈਨਸ਼ਨ ਯੋਜਨਾ ਕੇਂਦਰ ਸਰਕਾਰ ਦਾ ਨਵਾਂ ਸਿਰਦਰਦ ਸਰਕਾਰੀ ਕਰਮਚਾਰੀਆਂ ਲਈ 2004 ਨੂੰ ਬੰਦ ਕਰ ਦਿੱਤੀ ਗਈ ਪੁਰਾਣੀ ਪੈਨਸ਼ਨ ਯੋਜਨਾ ਨੂੰ ਮੁੜ ਚਾਲੂ ਕਰਨ ਲਈ ਸੂਬਿਆਂ ਦੀ ਵਾਦੀ ਮੰਗਦੇ ਸਰਕਾਰ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਨਵਾਂ ਸਿਰਦਰਦ ਪੈਦਾ ਹੋ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਲਈ ਸਖਤ ਵਿਰੋਧੀ ਨੇ ਜਦੋਂ ਹਿਮਾਚਲ ਪ੍ਰਦੇਸ਼ ਦੇ ਭਾਜਪਾ ਇੱਕਾਏ ਨੇ ਮੈਨੀਫੈਸਟੋ ਚ ਪੁਰਾਣੀ ਪੈਨਸ਼ਨ ਯੋਜਨਾ ਨੂੰ ਸ਼ਾਮਲ ਕਰਨ ਦੀ ਗੱਲ ਕਹੀ ਹੈ ਇਹ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਚ ਪਾਰਟੀ ਦਾ ਹਰ ਇੱਕ ਵੱਡਾ ਕਾਰਨ ਵੀ ਹੈ ਕਿ ਸਰਕਾਰੀ ਮੁਲਾਜ਼ਮਾਂ ਨੇ ਕਾਂਗਰਸ ਦੇ ਹੱਕ ਚ ਵੋਟ ਪਾਈ ਹੈ ਹੁਣ ਭਾਜਪਾ ਦੀ ਲੀਡਰਸ਼ਿਪ ਦੁਚਿੱਤੀ ਜੂ ਹੈ ਇਸ ਬਾਰੇ ਕੀ ਕਹੇ ਕਿਉਂਕਿ 2023 ਦੇ ਵਿੱਚ ਦੇਸ਼ ਦੇ 9 ਸੂਬਿਆਂ ਚ ਅਸੈਂਬਲੀ ਚੋਣਾਂ ਹੋਣੀਆਂ ਨੇ ਵੱਡੀ ਖਬਰ ਆ ਜੀ ਐਨਆਰਆਈ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਜਲਦ ਹੋਵੇਗਾ ਨਪਟਾਰਾ ਪੰਜਾਬ ਸਰਕਾਰ ਨੇ ਜਾਰੀ ਕੀਤਾ ਵਟਸਐਪ ਨੰਬਰ ਤਾਲੀਵਾਲ ਨੇ ਕਿਹਾ ਕਿ ਇਹ ਅਦਾਲਤਾਂ ਪ੍ਰਵਾਸੀ ਭਾਰਤੀਆਂ ਦੇ ਸਿਵਲ ਮਾਮਲਿਆਂ ਨਾਲ ਸੰਬੰਧਤ ਮੁੱਦਿਆਂ ਤੇ ਤੇਜ਼ੀ ਨਾਲ ਨਿਪਟਾਰੇ ਲਈ ਸਮਰਪਿਤ ਹੋ ਕੇ ਕੰਮ ਕਰਨਗੀਆਂ ਵਿਦੇਸ਼ੀ ਭਾਰਤੀਆਂ ਦੇ ਸਿਵਲ ਕੇਸਾਂ ਦੇ ਨਿਪਟਾਰੇ ਲਈ ਅਦਾਲਤਾਂ ਸਥਾਪਿਤ ਕਰਨ ਲਈ ਜਲਦੀ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਜ਼ਰੂਰੀ ਸੂਚਨਾ ਸ਼ੰਭੂ ਬਾਰਡਰ ਜਾਮ ਦਿੱਲੀ ਅੰਬਾਲਾ ਅਮਰਤਸਰ ਜਾਣ ਤੋਂ ਪਹਿਲਾਂ ਉਹ ਜੋ ਅਲਰਟ ਪਟਿਆਲਾ ਪੁਲਿਸ ਨੇ ਜਾਰੀ ਕੀਤਾ ਰੂਟ ਪਲਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਟਰੱਕ ਯੂਨੀਅਨ ਤੋੜਨ ਦੇ ਵਿਰੋਧ ਵਿੱਚ ਵੱਡੀ ਗਿਣਤੀ ਜੋ ਪੰਜਾਬ ਦੇ ਸਮੂਹ ਟਰੱਕ ਆਪਰੇਟਰ ਡਰਾਈਵਰ ਸ਼ੰਭੂ ਬਾਡਰ ਪੁੱਜੇ ਨੇ ਇਹ ਤਰਨਾ ਦੂਜੇ ਦਿਨ ਜਾਰੀ ਆ ਬੀਤੀ ਰਾਤ ਉਹਨਾਂ ਦੀ ਐਸ ਡੀ ਐਮ ਤੇ ਐਸ ਪੀ ਨਾਲ ਹੋਈ ਮੀਟਿੰਗ ਬੇਸਟ ਆ ਰਹੀ ਆ ਸਵੇਰ ਤੋਂ ਹੀ ਟਰੱਕ ਯੂਨੀਅਨਾਂ ਤੇ ਆਪਰੇਟਰਾਂ ਵੱਲੋਂ ਹੜਤਾਲ ਦੇ ਧਰਨਾ ਜਾਰੀ ਹੈ ਜਿਸ ਕਾਰਨ ਦੂਜੇ ਦਿਨ ਵੀ ਅੰਬਾਲਾ ਤੋਂ ਅਮਰਤਸਰ ਜਾਣ ਵਾਲੇ ਰੂਟ ਡਿਵਰਟ ਕਰ ਦਿੱਤੇ ਗਏ ਡੀਸੀ ਅਤੇ ਹੋਰ ਅਧਿਕਾਰੀ ਅੱਜ ਸ਼ੰਭੂ ਬਾਡਰ ਤੇ ਆਉਣ ਦੀ ਸੰਭਾਵਨਾ ਹੈ ਸੋ ਹੜਤਾਲ ਖਤਮ ਕਰਵਾਉਣ ਲਈ ਮੀਟਿੰਗ ਕਰਨਗੇ ਦਿੱਲੀ ਤੇ ਅੰਬਾਲਾ ਜਾਣ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਰੂਟ ਪਲਾਨ ਕਰ ਦਿੱਤਾ ਗਿਆ ਹੈ ਜਾਰੀ ਸੋ ਮੰਗਾਂ ਪੂਰੀਆਂ ਹੁਣ ਤੱਕ ਜਾਰੀ ਰਹੇਗਾ ਧਰਨਾ ਪੁਲਿਸ ਨੇ ਬਦਲਵੇਂ ਪ੍ਰਬੰਧ ਕਰਨ ਦਾ ਭਰੋਸਾ ਦੇ ਦਿੱਤਾ ਹੈ ਫਿਰੋਜ਼ਪੁਰ ਦੇ ਵਿੱਚ ਭਰੇ ਬਾਜ਼ਾਰ ਸ਼ਰਿਆਮ ਵੱਡੀ ਵਾਰ ਦਾ ਤ ਨੂੰ ਅੰਜਾਮ ਦੇ ਗਏ ਨੌਜਵਾਨ ਸੁਫਰੂਜ਼ਪੁਰ ਤੋਂ ਬੇਸ਼ੱਕ ਪੁਲਿਸ ਲੁੱਟ ਖੋਦੀਆਂ ਮਾਰਦਾਤਾਂ ਤੇ ਰੋਕ ਲਾਉਣ ਦੇ ਦਾਅਵੇ ਕਰ ਰਹੀ ਹੈ। ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਆ ਪਾ ਕੇ ਲੋਕਾਂ ਨੂੰ ਭਰੋਸਾ ਦੇ ਰਹੀ ਹੈ ਪਰ ਪੁਲਿਸ ਦੀਆਂ ਸੇਵਾਵਾਂ ਹਰ ਸਮੇਂ ਹਾਜ਼ਰ ਫਰੂਜ਼ਪੁਰ ਵਿੱਚ ਲੁੱਟ ਖੋਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰ ਘੁੰਮ ਰਹੇ ਨੇ ਸੁਫਰੂਜ਼ਪੁਰ ਕੈਂਟ ਜਿੱਥੇ ਇੱਕ ਮੈਲਾ ਕੋਲ ਨੌਜਵਾਨ ਲਟੇਰੇ ਡੇਢ ਲੱਖ ਰੁਪਏ ਪਰਸ ਦੇ ਵਿੱਚ ਰੱਖੇ ਟੀਓ ਕਾਰਡ ਵੀ ਲੁੱਟ ਕੇ ਲੈ ਗਏ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬੇਕਹੋਫ ਹੋਏ ਬਦਮਾਸ਼ ਸ਼ਰਿਆਮ ਪਿੰਡ ਚੁੱਕੜੇ ਫਾਇਰ ਪੁਲਿਸ ਨੇ ਜਾਂਚ ਦਾ ਦਿੱਤਾ ਭਰੋਸਾ ਸੋ ਮੋਗਾ ਦੇ ਸਮਲਸਰ ਦੇ ਪਿੰਡ ਪਲੂਰ ਤੋਂ ਮੋਟਰਸਾਈਕਲ ਸਵਾਰਾਂ ਵੱਲੋਂ ਪਿੰਡ ਵਿੱਚ ਸ਼ਰਿਆਮ ਚਾਰ ਗੋਲੀਆਂ ਚਲਾਉਣ ਦੀ ਵੀਡੀਓ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੋ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਤੇ ਥਾਣਾ ਸਮਲਸਰ ਦੀ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਬਾਕੀਆਂ ਦੀ ਭਾਲ ਜਾਰੀ ਹੈ ਜਖਮੀ ਰਿਸ਼ਭ ਪੰਤ ਦੀ ਮਦਦ ਲਈ ਅੱਗੇ ਆਉਣ ਵਾਲਾ ਡਰਾਈਵਰ ਤੇ ਕੰਡਕਟਰ ਸਨਮਾਨਿਤ ਹਰਿਆਣਾ ਸਰਕਾਰ ਦੋਵਾਂ ਦਾ ਕਰ ਸਕਦੀ ਹੈ ਸਨਮਾਨਿਤ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨੂੰ ਸ਼ੁੱਕਰਵਾਰ ਨੂੰ ਦੁਰਘਟਨਾ 'ਚ ਜ਼ਖਮੀ ਹੋਣ ਤੋਂ ਬਾਅਦ ਉਸ ਦੀ ਮਦਦ ਲਈ ਅੱਗੇ ਆਏ ਹਰਿਆਣਾ ਰੋਡਵੇਜ਼ ਦੇ ਡਰਾਈਵਰ ਸੁਸ਼ੀਲ ਕੁਮਾਰ ਤੇ ਕੰਡਕਟਰ ਪਰਮਜੀਤ ਨੂੰ ਸਟੇਟ ਟਰਾਂਸਪੋਰਟ ਰੇਟ ਕਾਰਪੋਰੇਸ਼ਨ ਨੇ ਸਨਮਾਨਿਤ ਕੀਤਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਨਵੇਂ ਸਾਲ ਦੇ ਮੌਕੇ ਹੋਣ ਵਾਲੇ ਨੇ ਇਹ ਵੱਡੇ ਬਦਲਾਅ ਪੈ ਸਕਦਾ ਹੈ ਤੁਹਾਡੀ ਜੇਬ ਤੇ ਭਾਰੀ ਅਸਰ ਸੋ ਅਜ ਸਾਲ 2023 ਸ਼ੁਰੂਆਤ ਹੋ ਗਈ ਹੈ ਸੋ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸੋ ਨਵੇਂ ਸਾਲ ਨੂੰ ਲੈ ਕੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਉੱਥੇ ਹੀ ਨਵੇਂ ਸਾਲ ਦੀ ਸ਼ੁਰੂਆਤ ਹੋਵੇਗੀ ਆਮ ਆਦਮੀ ਲਈ ਅਹਿਮ ਬਦਲਾਅ ਦੇਖਣ ਨੂੰ ਮਿਲਣਗੇ ਆਮ ਆਦਮੀ ਦੀ ਜੇਬ ਤੇ ਵੀ ਅਸਰ ਪਵੇਗਾ ਗੱਡੀ ਖਰੀਦਣੀ ਮਹਿੰਗੀ ਹੋ ਜਾਵੇਗੀ ਜੇਕਰ ਹੋਰ ਖਰਚਿਆਂ ਦੇ ਨਾਲ ਨਾਲ ਤਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪੈ ਸਕਦੀ ਆ ਜੀ ਵੱਖ-ਵੱਖ ਕੰਪਨੀਆਂ ਵੱਲੋਂ ਕੀਮਤਾਂ ਦੇ ਵਿੱਚ ਵਾਧਾ ਕਰਨ ਦੀ ਤਿਆਰੀ ਆ ਸਿਲੰਡਰਾਂ ਦੀਆਂ ਕੀਮਤਾਂ ਬਦਲ ਜਾਣਗੀਆਂ ਕੱਚੇ ਤੇਲ ਦੀਆਂ ਕੀਮਤਾਂ 'ਚ ਗਰਾਫਟ ਦੇਖਣ ਨੂੰ ਮਿਲ ਸਕਦੀ ਆ ਕ੍ਰੈਡਿਟ ਕਾਰਡ 'ਚ ਰਿਵਾਰਡ ਪੁਆਇੰਟ ਆ ਤੇ ਇਸ ਨੂੰ ਰਿਡੀਮ ਕਰ ਲਓ 1 ਜਨਵਰੀ ਤੋਂ ਬੈਂਕਾਂ 'ਚ ਰਿਵਾਰਡ ਪੁਆਇੰਟ ਨਾਲ ਜੁੜੇ ਨਿਯਮ ਵੀ ਬਦਲ ਜਾਣਗੇ ਆਪ ਸਰਕਾਰ ਦਾ ਹਮਦਰਦੀ ਭਰਿਆ ਕਦਮ 111 ਸਾਬਕਾ ਵਿਧਾਇਕਾਂ ਦੀਆਂ ਵਿਦਵਾਵਾਂ ਦੀ ਪੈਨਸ਼ਨ ਤਿੰਨ ਗੁਣਾ ਕੀਤੀ 12500 ਰੁਪਏ ਮਹੀਨਾ ਤੋਂ 38200 ਰੁਪਏ ਕਰਨ ਦਾ ਮਾਮਲਾ ਕਾਊਂਟੈਂਟ ਜਨਰਲ ਨੂੰ ਭੇਜਿਆ ਸਾਲ ਮਾਰਚ 2000 ਮਾਰਚ ਦੇ ਵਿੱਚ ਪੰਜਾਬ ਦੀ ਵਾਂਗਲੌਰ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਜਿੱਥੇ ਪੰਜਾਬ ਦੇ ਸਾਬਕਾ ਵਦਾਇਕਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ ਤਿੰਨ ਗੁਣਾ ਕਰ ਦਿੱਤੀ ਹੈ ਸੀਬੀਐਸਸੀ ਦੀ 12ਵੀਂ ਦੀ ਡੇਟਸ਼ੀਟ ਦੇ ਵਿੱਚ ਵੱਡਾ ਬਦਲਾਅ ਸੋ ਇਹਨਾਂ ਵਿਸ਼ਿਆਂ ਦੀ ਐਗਜ਼ਾਮ ਡੇਟਸ਼ੀਡ ਹੋਈ ਚੇਂਜ ਸਾਬਕਾ ਪੂਪ ਬੈਨੇਡਿਕਟ ਦਾ 95 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਵਰਟਿਕਨ ਚੁਗ ਲਿਆ ਆਖਰੀ ਸਾਹ ਸਰਕਾਰ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ ਇਹਨਾਂ ਜਮ੍ਹਾਂ ਯੋਜਨਾਵਾਂ ਦੀ ਵਿਧਾਈ ਵਿਆਜ ਐਨ ਐਸ ਸੀ ਪੋਸਟ ਆਫਿਸ ਟਰਮ ਡਿਪੋਜ਼ਿਟ ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮਾ ਦੀਆਂ ਵਿਆਜ ਦਰਾਂ 'ਚ ਵਾਧਾ 1 ਜਨਵਰੀ ਤੋਂ ਹੋਰ ਕਰ ਦਿੱਤਾ ਗਿਆ ਹੈ ਨੈਸ਼ਨਲ ਸੇਵਿੰਗ ਸਰਟੀਫਿਕੇਟ ਤੇ 7 ਫੀਸਦੀ ਦੀ ਵਿਆਜ ਦਰ ਮਿਲੇਗੀ ਜੋ ਫਿਲਹਾਲ 6.8 ਸੀ ਪ੍ਰਦੂਸ਼ਣ ਮੁਕਤ ਪੰਜਾਬ ਲਈ ਨਵੀਂ ਇਲੈਕਟ੍ਰੋਨਿਕ ਵਾਹਨ ਨੀਤੀ ਦਾ ਖਰੜਾ ਜਾਰੀ ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ ਦੀ ਰਾਸ਼ੀ ਦੁੱਗਣੀ ਕਰਕੇ ਕੀਤੀ 1 ਕਰੋੜ ਸ਼ਹੀਦਾਂ ਦੇ ਵਾਰਸਾਂ ਨੂੰ 9 ਮਹੀਨੇ ਚੋਂ 3 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਦਾ ਕੀਤੀ ਗਈ ਆ ਮਾਤਮ ਨੂੰ ਮਿਲੀ ਜਾਨ ਮਾਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਖੜੀ ਹੈ ਪੰਜਾਬ ਸਰਕਾਰ ਫੌਜਾ ਸਿੰਘ ਸਰਾਰੀ ਦਾ ਵੱਡਾ ਬਿਆਨ ਰਿਸ਼ਭ ਪੰਤ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ ਪੀਐਮ ਮੋਦੀ ਦਾ ਵੱਡਾ ਟਵੀਟ ਨਵੇਂ ਸਾਲ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਦਾ ਫੈਸਲਾ 56 ਸਰਕਾਰੀ ਸਕੂਲਾਂ ਦੇ ਨਾਂ ਰਾਤੋਂ ਰਾਤ ਬਦਲੇ ਮਾਂ ਦਾ ਸਨਸਕਾਰ ਕਰਨ ਤੋਂ ਬਾਅਦ ਪੀਐਮ ਮੋਦੀ ਨੇ 7ਵੇਂ ਮੰਦ ਦੇ ਭਾਰਤ ਐਕਸਪ੍ਰੈਸ ਨੂੰ ਦਿਖਾਈ ਹਰੀ ਚੰਡੀ ਉਹਨਾਂ ਦੇ ਚਿਹਰੇ ਤੇ ਦੁੱਖ ਦਾ ਪ੍ਰਗਟਾਵਾ ਸਾਫ ਉਚਲ ਕਰਿਆ ਸੀ ਲਗਭਗ 58000 ਕਰੋੜ ਰੁਪਏ ਦੀ ਸਮਰੱਥਾ ਦੇ ਵਿਸਥਾਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ ਵੰਦੇਪਾਰਤ ਐਕਸਪ੍ਰੈਸ ਨੂੰ ਰਾਤ ਨੂੰ ਫੁੱਲਾਂ ਗੁਬਾਰਿਆਂ ਤੇ ਰੰਗ-ਬਰੰਗੀਆਂ ਪੱਟੀਆਂ ਨਾਲ ਸਜਾਇਆ ਗਿਆ ਰਹੀਰਾ ਬਿੰਦੇ ਦੇਹਾਂਤ ਦੀ ਖਬਰ ਮਿਲਦੇ ਹੀ ਰੈਲ ਗੱਡੀ ਦੇ ਸੈੱਟ ਤੋਂ ਸਾਰੀ ਸਜਾਵਟ ਹਟਾ ਦਿੱਤੀ ਗਈ ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਦੇ ਦੇਹਾਂਤ ਦੇ ਪ੍ਰੋਗਰਾਮ ਚ ਸ਼ਾਮਲ ਹੋਣ ਵਾਲੀ ਈੜ ਨੇ ਵੀ ਸੋਗ ਜ਼ਾਹਰ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਰਿਸ਼ੀਪੰਤ ਦੀ ਮਾਂ ਨਾਲ ਕੀਤੀ ਗੱਲਬਾਤ ਬਾਜਵਾ ਨੇ ਪੰਜਾਬ ਵਿੱਚ ਭਾਰਤ ਜੁਰੂ ਯਾਤਰਾ ਦੀ ਸਮਾਸਾਰਨੀ ਬਾਰੇ ਦਿੱਤੀ ਜਾਣਕਾਰੀ ਤਿੰਨ ਨਵਜੋਤ ਸਿੱਧੂ ਬਾਰੇ ਕਹੀ ਵੱਡੀ ਗੱਲ ਨਵਜੋਤ ਸਿੱਧੂ ਦਾ ਸਵਾਗਤ ਕਰੇਗੀ ਕਾਂਗਰਸ ਸਿੱਧੂ ਦੇ ਜੇਲ੍ਹ ਜਾਣ ਦਾ ਪੂਰਾ ਮਾਮਲਾ ਚੈਨਲ ਤੇ ਪਈ ਸ਼ਾਰਟ ਵੀਡੀਓਜ਼ ਨੂੰ ਚੈੱਕ ਕਰ ਸਕਦੇ ਹੋ ਥਾਂ ਥਾਂ ਦੇ ਆਧਾਰ ਕਾਰਡ ਦੇ ਇਸਤੇਮਾਲ ਕਰਦੇ ਹੋ ਤਾਂ ਹੋ ਜਾਓ ਅਲਰਟ UIDAI ਨੇ ਦਿੱਤੀ ਸਲਾਹ ਲੋਕਾਂ ਨੂੰ ਬੈਂਕ ਖਾਤੇ ਪੈਣ ਜਾਂ ਪਾਸਪੋਰਟ ਵਰਗੇ ਹੋਰ ਪਛਾਣ ਦਸਤਾਵੇਜ਼ਾਂ ਮੰਗ ਆਦਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਆਧਾਰ ਨੰਬਰ ਜਾਰੀ ਕਰਨ ਵਾਲੀ ਸੰਸਥਾ UIDAI ਨੇ ਕਿਹਾ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਆਪਣਾ ਆਧਾਰ ਕਾਰਡ ਜਾਂ ਇਸ ਦੀਆਂ ਕਾਪੀਆਂ ਇੱਧਰ ਉੱਧਰ ਨਹੀਂ ਛੜਨੀਆਂ ਚਾਹੀਦੀਆਂ ਮੰਤਰੀ ਅਮਨ ਰੋੜਾ ਦਾ ਅਹਿਮ ਬਿਆਨ ਵੱਡੇ ਸ਼ਹਿਰਾਂ ਤਰਜ਼ ਤੇ ਹੁਣ ਛੋਟੇ ਸ਼ਹਿਰਾਂ ਦੇ ਵਿੱਚ ਕਲੋਨੀਆਂ ਕੱਟੇਗੀ ਪੁੱਡਾ ਰਣਾਉਜ਼ੀਨ ਲੈ ਕੇ ਕਾਫੀ ਰੋਲਾ ਪਾਇਆ ਜਾ ਰਿਹਾ ਹੈ ਲੋਕ ਕਹਿ ਰਹੇ ਨੇ ਕਿ ਸਰਕਾਰ ਨੇ ਮੁਸੀਬਤ ਖੜੀ ਕਰ ਦਿੱਤੀ ਹੈ ਰਜਿਸਟਰੀਆਂ ਕਰਵਾਉਣ ਦੇ ਵਿੱਚ ਦਿੱਕਤ ਆ ਰਹੀ ਹੈ ਨਾਉਦੇਉਤ ਸੇ ਦੂਦੀ ਰਹਾਇਨ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ ਮੈਨੂੰ ਮਾਨਸਿਕ ਤੌਰ ਤੇ ਕੀਤਾ ਜਾ ਰਿਹਾ ਪਰੇਸ਼ਾਨ ਪੰਜਾਬ ਸਰਕਾਰ ਕਰ ਰਹੀ ਹੈ ਸੋ ਉਸੇ ਸੀਐਮ ਚੰਨੀ ਦਾ ਐਕਸਟਰਾ ਸੀਐਮ ਚੰਨੀ ਦਾ ਵੱਡਾ ਬਿਆਨ ਨਾਨਕ ਚਾਈ ਕੈਲੰਡਰ ਤੁਰੰਤ ਲਾਗੂ ਕਰਕੇ ਸੰਗਤਾਂ ਦੀ ਦੁਬਿਧਾ ਖਤਮ ਕੀਤੀ ਜਾਵੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਦੇ ਤੁਰੰਤ ਨਿਪਟਾਰੇ ਲਈ ਜਲਦ ਬਣਨਗੀਆਂ ਫਾਸਟ ਟਰੈਕ ਅਦਾਲਤਾਂ ਕੁਲਦੀਪ ਥਾਲੀਵਾਲ ਹਰਿਸ਼ਵ ਪੰਥ ਦੇ ਹਾਸੇ ਵਾਲੀ ਥਾਂ ਤੇ ਪੁੱਜੀ ਟਰਾਂਸਪੋਰਟ ਮੰਤਰਾਲੇ ਦੀ ਟੀਮ ਤੜਕੇ ਦਿੱਲੀ ਕਟੜਾ ਹਾਈਵੇ ਲਈ ਜ਼ਮੀਨ ਤੇ ਕਬਜ਼ਾ ਲੈਣਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸਾਨਾਂ ਨੇ ਰੋਕਿਆ ਕਿਹੜੇ ਸਬਦਾਨ ਚ ਲਿਖਿਆ ਕਿ ਕਿਸਾਨਾਂ ਦੀਆਂ ਫੌਸਲਾਂ ਤਬਾਹ ਕਰਦੇ ਹੋ ਸੋ ਸਖਤ ਸੁਰੱਖਿਆ ਵਿਚਾਰੇ ਜਲੰਧਰ ਚ ਮਨਾਇਆ ਜਾਵੇਗਾ ਨਵਾਂ